ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਮਾਸਟਰ ਕੇਡਰ ਪੰਜਾਬੀ ਦਾ ਇੱਕ ਇੰਪੋਰਟੈਂਟ ਟੌਪਿਕ ਨਾਵਲ, ਆਪਾਂ ਉਸਦੇ ਕੁਝ ਕੁਐਸਚਨ ਜਿਹੜੇ ਹੈ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਕਿ ਆਪਾਂ ਸ਼ੁਰੂ ਕਰੀਏ, ਜੋ ਇਸ ਚੈਨਲ 'ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰਿਓ। ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓਸ ਜਿਹੜੀ ਜਾਣਕਾਰੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸੋ ਆਪਾਂ ਹੁਣ ਜਿਹੜੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਸੋ ਨਾਵਲ ਦੇ ਕੁਐਸਚਨ ਜਿਹੜੇ, ਜਿਵੇਂ ਲਾਸਟ ਦੇ ਵਿੱਚ ਆਪਾਂ ਗੁਰਮਤ ਵਾਲੇ ਕੁਐਸਚਨ ਕੀਤੇ ਸੀ, ਫਿਰ ਵਾਰਤਕ ਵਾਲੇ ਵੀ ਲਾਸਟ ਵੀਡੀਓ ਦੇ ਵਿੱਚ ਆਪਾਂ ਕੁਐਸਚਨ ਕੀਤੇ ਸੀ। ਸੋ ਆਪਾਂ ਇਸ ਕੁਐਸਚਨ ਦੇ ਵਿੱਚ ਵੀ ਦੇਖਾਂਗੇ ਕਿ ਕਿਸ ਤਰ੍ਹਾਂ ਦੇ ਕੁਐਸਚਨ ਜਿਹੜੇ ਪੁੱਛ ਲਏ ਜਾਂਦੇ ਆ, ਠੀਕ ਹੈ। ਇਹਦੇ ਵਿੱਚ ਈਜ਼ੀ ਵੀ ਕੁਐਸਚਨ ਆ, ਮੋਡਰੇਟ ਲੈਵਲ ਦੇ ਵੀ ਕੁਐਸਚਨ ਆ, ਠੀਕ ਹੈ। ਸੋ ਤੁਸੀਂ ਵੀ ਜਿਹੜੇ ਆ, ਜੋ ਵੀ ਵੀਡੀਓ ਦੇ ਨਾਲ ਜੁੜਨਗੇ, ਉਹ ਤੁਸੀਂ ਜ਼ਰੂਰ ਨਾਲ ਦੇਖਿਓ ਕਿ ਤੁਹਾਨੂੰ ਕੁਐਸਚਨ ਆਉਂਦੇ ਨੇ ਜਾਂ ਨਹੀਂ ਆਉਂਦੇ। ਅਗਰ ਆਉਂਦੇ ਹੋਏ ਤਾਂ ਮਤਲਬ ਤੁਹਾਡੀ ਵਧੀਆ ਤਿਆਰੀ ਚੱਲ ਰਹੀ ਹੈ, ਅਗਰ ਨਹੀਂ ਵੀ ਆਉਂਦੇ ਹੋਏ ਤਾਂ ਵੀ ਕੋਈ ਨਹੀਂ, ਤੁਸੀਂ ਪੋਜ਼ਿਟਿਵ ਜਿਹੜੀ ਹੈ ਪੋਜ਼ਿਟਿਵਨੈਸ ਲੈਣੀ ਇਸ ਵੀਡੀਓ ਦੇ ਵਿੱਚੋਂ, ਠੀਕ ਹੈ। ਸੋ ਆਪਾਂ ਵੀਡੀਓ ਦੀ ਜਿਹੜੀ ਹੈ ਸ਼ੁਰੂਆਤ ਕਰਦੇ ਹਾਂ। ਸੋ ਜੋ ਪਹਿਲਾ ਕੁਐਸਚਨ ਹੈ ਇਸ ਵੀਡੀਓ ਦਾ, ਉਹ ਕੁਐਸਚਨ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਸ ਉੱਪਰ ਮੁਨਸ਼ੀ ਪ੍ਰੇਮ ਚੰਦ ਦਾ ਪ੍ਰਭਾਵ ਜ਼ਿਆਦਾ ਸੀ, ਠੀਕ ਹੈ। ਚਾਰ ਤੁਹਾਡੇ ਕੋਲ ਨਾਵਲਿਸਟ ਆ, ਦੱਸਣਾ ਹੈ ਕਿ ਉਹਦੇ ਉੱਪਰ ਮੁਨਸ਼ੀ ਪ੍ਰੇਮ ਚੰਦ ਦਾ ਜਿਹੜਾ ਪ੍ਰਭਾਵ ਉਹ ਕਿਹਦੇ ਉੱਤੇ ਸਭ ਤੋਂ ਜ਼ਿਆਦਾ ਸੀ, ਜਸਵੰਤ ਸਿੰਘ ਕੰਵਲ ਤੇ, ਅੰਮ੍ਰਿਤਾ ਪ੍ਰੀਤਮ, ਨਾਨਕ ਸਿੰਘ ਜਾਂ ਫਿਰ ਗੁਰਦਿਆਲ ਸਿੰਘ, ਠੀਕ ਹੈ। ਸੋ ਇਹਦੇ ਵਿੱਚ ਤੁਸੀਂ ਦੱਸਣਾ ਹੈ ਕਿ ਕਿਸ ਉੱਪਰ ਮੁਨਸ਼ੀ ਪ੍ਰੇਮ ਚੰਦ ਦਾ ਜ਼ਿਆਦਾ ਪ੍ਰਭਾਵ ਸੀ, ਠੀਕ ਹੈ ਜੀ। ਅੰਮ੍ਰਿਤਾ ਪ੍ਰੀਤਮ, ਨਾਨਕ ਸਿੰਘ, ਗੁਰਦਿਆਲ ਸਿੰਘ ਜਾਂ ਫਿਰ ਜਸਵੰਤ ਸਿੰਘ ਕੰਵਲ। ਸੋ ਇਸ ਦਾ ਜਿਹੜਾ ਸਹੀ ਜਵਾਬ ਹੈ, ਤੁਸੀਂ ਵੀ ਮੈਨੂੰ ਉਮੀਦ ਹੈ ਤੁਸੀਂ ਲਿਆ ਗੈਸ ਕਰ ਲਿਆ ਹੋਏਗਾ। ਸੋ ਸਹੀ ਜਵਾਬ ਆਪਸ਼ਨ ਨੰਬਰ ਸੀ, ਨਾਨਕ ਸਿੰਘ, ਠੀਕ ਹੈ ਜੀ। ਸੋ ਨਾਨਕ ਸਿੰਘ ਜਿਹੜਾ ਆ ਉਹ ਇਸਦਾ ਜਿਹੜਾ ਆ ਸਹੀ ਜਵਾਬ, ਠੀਕ ਹੈ ਜੀ। ਸੋ ਆਪਾਂ ਹੁਣ ਅੱਗੇ ਚੱਲਦੇ ਹਾਂ। ਕੁਸ਼ਚਨ ਨੰਬਰ ਦੂਸਰਾ ਕਿ ਨਾਨਕ ਸਿੰਘ ਦੇ ਸਮੇਂ ਦੀ ਪ੍ਰਤੀਨਿਧਤਾ ਕਰਨ ਵਾਲਾ ਨਾਵਲ ਕਿਹੜਾ ਹੈ? ਨਾਨਕ ਸਿੰਘ ਦੇ ਮੁੱਢਲੇ ਸਮੇਂ ਦੀ ਪ੍ਰਤੀਨਿਧਤਾ ਕਰਨ ਵਾਲਾ ਨਾਵਲ ਕਿਹੜਾ ਹੈ, ਠੀਕ ਹੈ। ਸੋ ਹੁਣ ਇਹਦੇ ਵਿੱਚ ਤੁਹਾਡਾ ਦੇਖੋ, ਪਹਿਲਾਂ ਤਾਂ ਤੁਹਾਨੂੰ ਇਹਦੇ ਵਿੱਚ ਕੁਸ਼ਚਨ ਦੇ, ਤੁਹਾਨੂੰ ਨਵੇਂ ਕੁਸ਼ਚਨ ਬਣ ਰਹੇ ਨੇ ਉਹਦੇ ਵਿੱਚ ਤੁਹਾਨੂੰ ਉਹਦੇ ਆਂਸਰ ਮਿਲਣਗੇ। ਸੋ ਜਿਹੜੇ ਚਾਰੇ ਦੇ ਚਾਰੇ ਨਾਵਲੇ ਨਾਨਕ ਸਿੰਘ ਦੇ ਆ, ਠੀਕ ਹੈ। ਪਵਿੱਤਰ ਪਾਪੀ, ਚਿੱਟਾ ਲਹੂ, ਅੱਧ ਖਿੜਿਆ ਫੁੱਲ ਜਾਂ ਫਿਰ ਮਤਰੇਈ ਮਾਂ, ਇਹ ਸਾਰੇ ਜਿਹੜੇ ਆ ਇਹ ਨਾਨਕ ਸਿੰਘ ਦੇ ਹੀ ਨੇ, ਠੀਕ ਹੈ ਜੀ। ਸੋ ਨਾਨਕ ਸਿੰਘ ਦੇ ਹੀ ਨਾਵਲ ਆ। ਸੋ ਪਰ ਤੁਸੀਂ ਦੱਸਣਾ ਇਹਦੇ ਵਿੱਚੋਂ ਕਿ ਕਿਹੜੇ ਨਾਵਲ ਜਿਹੜਾ ਆ ਉਹਨੇ ਉਹਦੇ ਮੁੱਢਲੇ ਸਮੇਂ ਦੀ ਪ੍ਰਤੀਨਿਧਤਾ ਕੀਤੀ, ਤਾਂ ਇਸਦਾ ਜਿਹੜਾ ਸਹੀ ਜਵਾਬ ਹੈ ਉਹ ਹੈ ਆਪਸ਼ਨ ਨੰਬਰ ਬੀ, ਚਿੱਟਾ ਲਹੂ। ਚਿੱਟਾ ਲਹੂ ਤੋਂ ਜਿਹੜਾ ਹੈ ਨਾਨਕ ਸਿੰਘ ਦੀ ਜਿਹੜੀ ਪ੍ਰਤੀਨਿਧਤਾ ਹੋਈ ਸੀ, ਕਾਫੀ ਇਹਦਾ ਜਿਹੜਾ ਪਾਪੂਲਰ ਹੋਇਆ ਸੀ ਨਾਨਕ ਸਿੰਘ ਦਾ ਇਹ ਨਾਵਲ। ਅੱਗੇ ਚੱਲਦੇ ਹਾਂ। ਜਸਵੰਤ ਸਿੰਘ ਕੰਵਲ ਕਿਸ ਲਹਿਰ ਨਾਲ ਸੰਬੰਧਿਤ ਨਾਵਲਕਾਰ ਹੈ? ਉਹ ਰਹੱਸਵਾਦੀ ਹੈ, ਬੀ ਛਾਇਆਵਾਦੀ ਹੈ, ਸੀ ਪ੍ਰਗਤੀਵਾਦੀ ਹੈ ਜਾਂ ਫਿਰ ਡੀ ਯਥਾਰਥਵਾਦੀ ਹੈ? ਇਹ ਤੁਸੀਂ ਦੱਸਣਾ ਆ ਕਿ ਕਿਸ ਲਹਿਰ ਨਾਲ ਸੰਬੰਧਿਤ ਨਾਵਲਕਾਰ ਆ, ਉਸਦੇ ਨਾਵਲਾਂ ਦੇ ਵਿੱਚ ਜਿਹੜੀ ਇਹ ਝਲਕ ਕਿਸ ਲਹਿਰ ਦੀ ਪੈਂਦੀ ਹੈ? ਰਹੱਸਵਾਦੀ, ਛਾਇਆਵਾਦੀ, ਪ੍ਰਗਤੀਵਾਦੀ ਜਾਂ ਫਿਰ ਯਥਾਰਥਵਾਦੀ? ਸੋ ਅਗਰ ਤੁਸੀਂ ਇਸਦਾ ਜਿਹੜਾ ਆਂਸਰ ਆ ਤੁਸੀਂ ਡੀ ਕਹਿ ਰਹੇ ਹੋ, ਯਥਾਰਥਵਾਦੀ, ਤਾਂ ਬਿਲਕੁਲ ਗਲਤ ਜਵਾਬ ਹੈ। ਸੋ ਸਹੀ ਜਵਾਬ ਜਿਹੜਾ ਹੈ ਉਹ ਹੈ ਆਪਸ਼ਨ ਨੰਬਰ ਸੀ, ਪ੍ਰਗਤੀਵਾਦੀ। ਜਸਵੰਤ ਸਿੰਘ ਦੇ ਨਾਵਲ ਦੇ ਵਿੱਚ ਤੁਸੀਂ ਜ਼ਿਆਦਾਤਰ
ਪ੍ਰਗਤੀਵਾਦੀ ਮਾਰਕਸਵਾਦੀ ਤੁਸੀਂ ਲਹਿਰ ਨਾਲ ਸੰਬੰਧਿਤ ਤੁਸੀਂ ਘਟਨਾਵਾਂ ਦੇਖੋਗੇ, ਉਹਦੇ ਪਾਤਰ ਵੀ ਕੁਝ ਇਦਾਂ ਦੇ ਹੁੰਦੇ ਨੇ, ਕਮਿਊਨਿਸਟ ਹੁੰਦੇ ਨੇ, ਮਾਰਕਸਵਾਦੀ ਲਹਿਰ ਨਾਲ ਜੁੜੇ ਹੁੰਦੇ ਨੇ, ਠੀਕ ਹੈ। ਤੇ ਜਸਵੰਤ ਸਿੰਘ ਕੰਵਲ ਦੇ ਜ਼ਿਆਦਾਤਰ ਨਾਵਲ ਇਦਾਂ ਦੇ ਆ, ਠੀਕ ਹੈ ਜੀ। ਤੋ ਚੌਥਾ ਕੁਐਸਚਨ ਦੇਖਦੇ ਹਾਂ ਅਗਲਾ ਵੀਡੀਓ ਦਾ, ਇਸ ਦਾ ਤਾਰੀਖ ਵੇਖਦੀ ਹੈ ਕਿਸ ਤਰ੍ਹਾਂ ਦਾ ਨਾਵਲ ਹੈ। ਦੇਖੋ ਇਹ ਕੁਐਸਚਨ ਇਦਾਂ ਦੇ ਬਣਦੇ ਨੇ, ਠੀਕ ਹੈ। ਹੁਣ ਜਿਹੜੇ ਕੁਐਸਚਨ ਪਾਉਂਦੇ ਨੇ ਉਹ ਡੀਪਲੀ ਵੀ ਜਾਣਦੇ ਨੇ ਕਿ ਤੁਸੀਂ ਨਾਵਲ ਪੜ੍ਹਿਆ ਹੋਇਆ ਆ, ਜੇਕਰ ਤੁਸੀਂ ਨਾਵਲ ਪੜ੍ਹਿਆ ਹੋਇਆ ਤੁਸੀਂ ਜਵਾਬ ਦੇ ਸਕਦੇ ਆ, ਠੀਕ ਹੈ। ਸੋ ਤਾਰੀਖ ਵੇਖਦੀ ਕਿਸ ਤਰ੍ਹਾਂ ਦਾ ਨਾਵਲ ਹੈ, ਸੋ ਤਾਰੀਖ ਵੇਖਦੀ ਜਸਵੰਤ ਸਿੰਘ ਕੰਵਲ ਦਾ ਨਾਵਲ ਇੱਕ ਤੁਹਾਡੇ ਲਈ ਹੋਰ ਕੁਐਸਚਨ ਬਣ ਗਿਆ। ਸੋ ਇਹਦੇ ਵਿੱਚ ਕਿਸ ਤਰ੍ਹਾਂ ਦਾ ਨਾਵਲ ਹੈ, ਤਾਰੀਖ ਵੇਖਦੀ ਹੈ ਕਿਸ ਤਰ੍ਹਾਂ ਦਾ ਨਾਵਲ ਹੈ। ਸੋ ਇਸ ਦਾ ਜਿਹੜਾ ਸਹੀ ਜਵਾਬ ਹੈ ਉਹ ਹੈ ਆਪਸ਼ਨ ਨੰਬਰ ਏ, ਰਾਜਨੀਤਿਕ ਨਾਵਲ, ਠੀਕ ਹੈ। ਇਹ ਰਾਜਨੀਤਿਕ ਨਾਵਲ ਆ, ਠੀਕ ਹੈ, ਤੁਸੀਂ ਜ਼ਰੂਰ ਪੜ੍ਹਿਓ, ਬਹੁਤ ਸੋਹਣਾ ਨਾਵਲ ਹੈ। ਸੋ ਪੰਜਵਾਂ ਕੁਐਸਚਨ ਤੇ ਆਪਾਂ ਪਹੁੰਚ ਗਏ ਹਾਂ। ਸੋ ਇੱਕ ਕੁਐਸਚਨ ਇਹ ਵੀ ਇੱਕ ਗੱਲ ਦਾ ਜਵਾਬ ਮੈਂ ਜੋ ਮੈਨੂੰ ਕਈ ਵਾਰ ਪੁੱਛਦੇ ਨੇ ਕਿ ਅਗਰ ਤੁਸੀਂ ਦੇਖੋ ਤੁਹਾਨੂੰ ਕੁਐਸਚਨਸ ਵਧੀਆ ਲੱਗ ਰਹੇ ਨੇ ਤਾਂ ਤੁਸੀਂ ਇੱਕ ਤਰ੍ਹਾਂ ਦੀ ਇਹ ਸੀਰੀਜ਼ ਵੀ ਲੈ ਸਕਦੇ ਹਾਂ, ਜਿਸ ਨੂੰ ਕਿ ਆਪਾਂ ਗੂਗਲ ਮੀਟ ਦੇ ਉੱਤੇ ਡਿਸਕਸ ਕਰਕੇ ਜਿਹੜਾ ਹੈ ਇਸ ਨੂੰ ਆਪਾਂ ਕੰਪਲੀਟ ਕਰਾਂਗੇ, ਜਿਸ ਦੇ ਵਿੱਚ ਸਾਰੇ ਟੌਪਿਕ ਮਾਸਟਰ ਕੇਡਰ ਦੇ ਆਪਾਂ ਕਵਰ ਕਰਾਂਗੇ, ਠੀਕ ਹੈ। ਅਗਰ ਤੁਸੀਂ ਬੈਚ ਵੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਯੂਜ਼ ਜਿਹੜਾ ਆ ਤੁਸੀਂ ਨੰਬਰਾਂ ਤੇ ਜਿਹੜੀ ਕਾਲ ਕਰ ਸਕਦੇ ਹੋ, ਜਿਵੇਂ ਮੈਂ ਲਾਸਟ ਟਾਈਮ ਵੀ ਮੈਂ ਕਿਹਾ ਸੀ ਕਿ ਤੁਸੀਂ ਨੰਬਰ ਤੇ ਜਿਹੜੀ ਹੈ ਕਾਲ ਕਰ ਸਕਦੇ ਹਾਂ। ਨੰਬਰ ਮੈਂ ਮੈਂਸ਼ਨ ਫਿਰ ਦੁਬਾਰਾ ਕਰ ਦਿੰਦਾ, ਠੀਕ ਹੈ ਜੀ। ਸੋ ਤੁਸੀਂ ਇਹ ਅਗਰ ਤੁਹਾਨੂੰ ਆਨਸਰ ਕੁਐਸਚਨ ਆਨਸਰ ਇਹ ਵਧੀਆ ਲੱਗੇ ਤਾਂ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ, ਤੇ ਅਗਰ ਤੁਸੀਂ ਇਹ ਇਸ ਦੇ ਨਾਲ ਜੁੜਨਾ ਵੀ ਚਾਹੁੰਦੇ ਹੋ ਤਾਂ ਵੀ ਤੁਸੀਂ ਗੱਲ ਇਸ ਕੰਟੈਕਟ ਜਿਹੜਾ ਹੈ ਕਰ ਸਕਦੇ ਹੋ, ਠੀਕ ਹੈ ਜੀ। ਸੋ ਅਗਲਾ ਕੁਐਸਚਨ ਹੈ ਜੀ ਆਪਸ਼ਨ ਕੁਐਸਚਨ ਨੰਬਰ ਪੰਜਵਾਂ ਕਿ ਪਾਰਵਤੀ ਅਤੇ ਚੁੰਨੀ ਲਾਲ ਕਿਸ ਨਾਵਲ ਦੇ ਪਾਤਰ ਹਨ। ਸੋ ਦੇਖੋ ਇਹ ਇੱਕ ਅਗਲੀ ਟਾਈਪ ਆ ਕੁਐਸਚਨ ਦੀ ਮਾਸਟਰ ਕੇਡਰ ਦੇ ਵਿੱਚ ਕਿ ਪਾਤਰ ਪੁੱਛ ਲਏ ਜਾਂਦੇ ਆ, ਪਾਰਵਤੀ ਅਤੇ ਚੁੰਨੀ ਲਾਲ। ਹੁਣ ਇਸ ਲਈ ਤੁਹਾਨੂੰ ਕੁਐਸਚਨ ਤੁਹਾਨੂੰ ਜਿਹੜਾ ਨਾਵਲ ਪੜ੍ਹਿਆ ਹੋਣਾ ਜ਼ਰੂਰੀ ਹੈ, ਠੀਕ ਹੈ। ਸੋ ਏ ਸਿਵਲ ਲਾਈਨ, ਬੀ ਦੇਵਦਾਸ, ਸੀ ਨਾਸੂਰ, ਜਾਂ ਡੀ ਟੁੱਟੀ ਵੀਣਾ। ਸੋ ਤੁਸੀਂ ਦੱਸਣਾ ਇਹਦੇ ਵਿੱਚੋਂ ਕਿ ਕਿਸ ਦਾ ਇਹ ਨਾਵਲ ਹੈ ਔਰ ਉਸਦੇ ਜਿਸ ਦੇ ਵਿੱਚ ਪਾਤਰ ਨੇ ਪਾਰਵਤੀ ਅਤੇ ਚੁੰਨੀ ਲਾਲ। ਸੋ ਇਸ ਦਾ ਜਿਹੜਾ ਸਹੀ ਜਵਾਬ ਹੈ ਆਪਸ਼ਨ ਨੰਬਰ ਬੀ, ਦੇਵਦਾਸ। ਸੋ ਅਗਲਾ ਕੁਐਸਚਨ ਆ ਜੀ, ਜੈਸ਼ਰੀ ਅਤੇ ਦਿੱਲੀ ਦੀਆਂ ਗਲੀਆਂ ਨਾਵਲ ਦਾ ਰਚੇਤਾ ਕੌਣ ਹੈ। ਸੋ ਦੋ ਤੁਹਾਨੂੰ ਨਾਵਲ ਦਿੱਤੇ ਆ, ਜੈਸ਼ਰੀ ਔਰ ਦਿੱਲੀ ਦੀਆਂ ਗਲੀਆਂ, ਇਹਨਾਂ ਨਾਵਲ ਦਾ ਜਿਹੜਾ ਰਚੇਤਾ ਕੌਣ ਹੈ। ਇਹ ਦਲੀਪ ਕੌਰ ਟਿਵਾਣਾ, ਬੀ ਨਿਰੰਜਨ ਤਸਲੀਮ, ਸੀ ਗੁਰਦਿਆਲ ਸਿੰਘ, ਜਾਂ ਫਿਰ ਡੀ ਅੰਮ੍ਰਿਤਾ ਪ੍ਰੀਤਮ। ਸੋ ਉਮੀਦ ਹੈ ਤੁਸੀਂ ਇਸ ਦਾ ਜਿਹੜਾ ਜਵਾਬ ਤੁਹਾਨੂੰ ਪਤਾ ਹੋਏਗਾ, ਠੀਕ ਹੈ। ਦਲੀਪ ਕੌਰ ਟਿਵਾਣਾ, ਨਿਰੰਜਨ ਤਸਲੀਮ, ਗੁਰਦਿਆਲ ਸਿੰਘ, ਜਾਂ ਫਿਰ ਅੰਮ੍ਰਿਤਾ ਪ੍ਰੀਤਮ। ਸੋ ਇਸਦਾ ਜਿਹੜਾ ਸਹੀ ਜਵਾਬ ਹੈ ਆਪਸ਼ਨ ਨੰਬਰ ਡੀ, ਅੰਮ੍ਰਿਤਾ ਪ੍ਰੀਤਮ, ਬਿਲਕੁਲ ਸਹੀ ਜਵਾਬ ਹੈ। ਜਦੋਂ ਇਹ 10 ਕੁਸ਼ਚਨ ਕੰਪਲੀਟ ਹੋ ਜਾਣਗੇ, ਮੈਂ ਉਮੀਦ ਕਰਾਂਗਾ ਜੋ ਵੀ ਵੀਡੀਓ ਦੇ ਅਖੀਰ ਤੱਕ ਬਣੇ ਰਹਿਣਗੇ, ਜ਼ਰੂਰ ਕਮੈਂਟ 'ਚ ਦੱਸਿਓ ਕਿ ਤੁਹਾਡੇ ਇਹਨਾਂ 10 ਦੇ ਵਿੱਚੋਂ ਤੁਹਾਡੇ ਕਿੰਨੇ ਕੁਸ਼ਚਨ ਤੁਹਾਨੂੰ ਆਉਂਦੇ ਸੀ, ਠੀਕ ਹੈ। ਸੋ ਮੈਂ ਵੇਟ ਕਰਾਂਗਾ ਕਮੈਂਟਸ ਦੀ। ਸੱਤਵਾਂ ਕੁਸ਼ਚਨ, ਮਨੋਵਿਗਿਆਨਿਕ ਜੁਗਤਾਂ ਦਾ ਪ੍ਰਯੋਗ ਕਰਨ ਵਾਲਾ ਨਾਵਲਕਾਰ ਕੌਣ ਹੈ।
मनोवैज्ञानिक ज्यादातर नावल किसने लिखे ने, या फिर कह सकते हैं कि मनोवैज्ञानिक जुगतां का प्रयोग करने वाला नावलकार कौन है, जिस दे विच मनोवैज्ञानिक घटनावां, मना दियां स्थितियां, पात्रां दे पात्र किवें सोचदा है, उसदे मन की स्थिति की है, ਇਦਾਂ ਦੇ ਪਾਤਰ ਜਿਹੜੇ ਵਰਤਦਾ, ਇਦਾਂ ਦੀਆਂ ਘਟਨਾਵਾਂ ਵਰਤਦਾ ਆ, ਤੇ ਇਦਾਂ ਦਾ ਪ੍ਰਯੋਗ ਕਰਨ ਵਾਲਾ ਨਾਵਲਕਾਰ ਕੌਣ ਆ? ਏ ਨਿਰੰਜਨ ਤਸਲੀਮ, ਬੀ ਜਸਵੰਤ ਸਿੰਘ ਕੰਵਲ, ਸੀ ਗੁਰਦਿਆਲ ਸਿੰਘ, ਜਾਂ ਫਿਰ ਡੀ ਨਾਨਕ ਸਿੰਘ। ਸੋ ਇਸ ਦਾ ਜਿਹੜਾ ਸਹੀ ਜਵਾਬ ਹੈ, ਉਮੀਦ ਹੈ ਤੁਸੀਂ ਜਿਹੜਾ ਆ ਜ਼ਰੂਰ ਇਸ ਦਾ ਜਵਾਬ ਪਤਾ ਕਰ ਲੱਗ ਗਿਆ ਹੋਣਾ ਤੁਹਾਨੂੰ। ਅਗਰ ਨਹੀਂ ਵੀ ਲੱਗਾ ਤਾਂ ਵੀ ਕੋਈ ਨਹੀਂ, ਮੈਂ ਤੁਹਾਨੂੰ ਦੱਸ ਦਾਂਗਾ ਕਿ ਇਸ ਦਾ ਸਹੀ ਜਵਾਬ ਹੈ। ਇਸ ਦਾ ਸਹੀ ਜਵਾਬ ਹੈ ਆਪਸ਼ਨ ਨੰਬਰ ਏ, ਨਿਰੰਜਨ ਤਸਲੀ। ਅੱਠਵਾਂ ਕੁਐਸਚਨ ਹੈ ਅੱਜ ਇਸ ਵੀਡੀਓ ਦਾ, ਭਲਵਾਨ ਅਤੇ ਅੱਗ ਦੇ ਪੰਛੀ ਦੀ ਕਹਾਣੀ ਦਾ ਜ਼ਿਕਰ ਕਿਹੜੇ ਨਾਵਲ ਚ ਆਉਂਦਾ? ਇੱਕ ਮੈਂ ਇੱਥੇ ਮੈਂਸ਼ਨ ਕਰਾਂ, ਅਗਰ ਤਾਂ ਜਿਨ੍ਹਾਂ ਨੇ ਐਮ ਏ ਪੰਜਾਬੀ ਕੀਤੀ ਹੋਈ ਹੈ ਤਾਂ ਉਹਨਾਂ ਨੂੰ ਪਰਸਾ ਨਾਵਲ ਜਿਹੜਾ ਹੈ ਉਹ ਲੱਗਾ ਹੋਇਆ ਹੈ। ਸੋ ਮੈਂ ਦੱਸ ਹੀ ਦਿੰਦਾ ਕਿ ਇਸਦਾ ਸਹੀ ਜਵਾਬ ਆਪਸ਼ਨ ਨੰਬਰ ਡੀ ਪਰਸਾ ਨਾਵਲ ਹੈ। ਸੋ ਜਿਨ੍ਹਾਂ ਨੇ ਪਰਸਾ ਨਾਵਲ ਪੜ੍ਹਿਆ ਹੋਇਆ ਹੈ ਉਹਨਾਂ ਲਈ ਇਹ ਕੁਸ਼ਚਨ ਜਿਹੜਾ ਬਿਲਕੁਲ ਵੀ ਔਖਾ ਨਹੀਂ ਹੋਏਗਾ, ਉਹਨਾਂ ਨੂੰ ਪਤਾ ਹੋਏਗਾ ਕਿ ਉਹਦੇ ਵਿੱਚ ਇੱਕ ਭਲਵਾਨ, ਅੱਗ ਦੇ ਪੰਛੀ, ਇੱਦਾਂ ਦੀ ਤਿੰਨ ਇੱਕ ਹੋਰ ਕਹਾਣੀ ਹੈ, ਮਤਲਬ ਕਿ ਇਸ ਕਹਾਣੀ ਦਾ ਜ਼ਿਕਰ ਜਿਹੜਾ ਆਉਂਦਾ ਆ। ਸੋ ਅਗਰ ਕੁਸ਼ਚਨ ਪੁੱਛਿਆ ਜਾਵੇ ਪਰਸਾ ਕਿਸ ਦਾ ਨਾਵਲ ਹੈ, ਪਰਸਾ ਗੁਰਦਿਆਲ ਸਿੰਘ ਦਾ ਨਾਵਲ ਹੈ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਨੌਵਾਂ ਕੁਸ਼ਚਨ ਹੈ, ਨਿਰੰਜਨ ਤਸਲੀਮ ਦਾ ਨਾਵਲ ਇੱਕ ਹੋਰ ਨਵਾਂ ਸਾਲ ਕਦੋਂ ਪ੍ਰਕਾਸ਼ਿਤ ਹੋਇਆ? ਲਓ ਜੀ, ਪ੍ਰਕਾਸ਼ਿਤ ਵਾਲਾ ਕੁਸ਼ਚਨ ਵੀ ਤੁਹਾਡੇ ਸਾਹਮਣੇ ਆ ਗਿਆ, ਇਹ ਵੀ ਜ਼ਰੂਰ ਪੁੱਛ ਲੈਂਦੇ ਆ ਕਿ ਪ੍ਰਕਾਸ਼ਿਤ ਕਦੋਂ ਹੋਇਆ। 1974, 1981, 2000 ਜਾਂ 1977। ਨਿਰੰਜਨ ਤਸਲੀਮ ਦਾ ਨਾਵਲ ਇੱਕ ਹੋਰ ਨਵਾਂ ਸਾਲ ਕਦੋਂ ਪ੍ਰਕਾਸ਼ਿਤ ਹੋਇਆ? ਸੋ ਇਸ ਦਾ ਜਿਹੜਾ ਸਹੀ ਜਵਾਬ ਹੈ, ਉਮੀਦ ਹੈ ਤੁਹਾਨੂੰ ਪਤਾ ਹੋਵੇਗਾ, ਤਾਂ ਇਸ ਦਾ ਜਿਹੜਾ ਸਹੀ ਜਵਾਬ ਹੈ ਆਪਸ਼ਨ ਨੰਬਰ ਏ, 1974। ਠੀਕ ਹੈ ਜੀ। ਸੋ ਅਗਲਾ ਕੁਸ਼ਚਨ ਅੱਜ ਦੀ ਇਸ ਵੀਡੀਓ ਦਾ ਲਾਸਟ ਕੁਸ਼ਚਨ, ਕਿ 1919 ਤੋਂ 2005 ਇਹ ਜਿਹੜਾ ਕਾਲ ਸਮਾਂ ਆ ਕਿਸ ਦਾ ਆ? ਠੀਕ ਹੈ, ਜਾਂ ਤੁਸੀਂ ਇੱਦਾਂ ਕਹਿ ਸਕਦੇ ਹਾਂ ਕਿ 1919 ਦੇ ਵਿੱਚ ਜਨਮ ਕਿਸ ਦਾ ਹੋਇਆ? ਕਈ ਵਾਰ ਇੱਦਾਂ ਵੀ ਕੁਸ਼ਚਨ ਪੁੱਛ ਲੈਣਗੇ, ਤਾਂ ਜਾਂ ਸਾਨੂੰ ਸਿੱਧੇ ਪੁੱਛਣਾ ਕਿ ਜਸਵੰਤ ਸਿੰਘ ਕੰਵਲ ਦਾ ਜਿਹੜਾ ਜਨਮ ਕਾਲ ਕੀ ਹੈ, ਜਾਂ ਉਲਟ ਵੀ ਪੁੱਛ ਸਕਦੇ ਆ, ਤੁਹਾਨੂੰ ਸਮਾਂ ਕਾਲ ਦੀ ਦੱਸ ਦੇਣਾ ਉਹਨਾਂ ਨੇ, ਅਤੇ ਪੁੱਛਣਾ ਕਿ ਸਮਾਂ ਕਾਲ ਕਿਸ ਦਾ ਆ। ਠੀਕ ਹੈ, ਸੋ ਤੁਸੀਂ ਯਾਦ ਰੱਖਣਾ ਕਿ 1919 ਵਿੱਚ ਕਿਸ ਦਾ ਜਨਮ ਹੋਇਆ ਸੀ, ਜਾਂ ਅਜਿਵੇਂ ਵੀ ਅਲੱਗ ਅਲੱਗ ਤਰ੍ਹਾਂ। ਠੀਕ ਹੈ, ਸੋ 1919 ਦੇ ਵਿੱਚ ਜਿਸਦਾ ਜਨਮ ਹੋਇਆ ਉਹ ਸੀ ਅੰਮ੍ਰਿਤਾ ਪ੍ਰੀਤਮ। ਸੋ ਇਸ ਦਾ ਜਿਹੜਾ ਸਹੀ ਜਵਾਬ ਹੈ ਉਹ ਹੈ ਅੰਮ੍ਰਿਤਾ ਪ੍ਰੀਤਮ। ਠੀਕ ਹੈ ਜੀ, ਸੋ ਇਹ ਅੱਜ ਦੀ ਵੀਡੀਓ ਦਾ ਲਾਸਟ ਕੁਸ਼ਚਨ ਸੀ। ਉਮੀਦ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੋ ਇਸ ਚੈਨਲ 'ਤੇ ਨਵੇਂ ਆਏ ਨੇ। ਔਰ ਜੋ ਮੈਂ ਪਹਿਲੀ ਗੱਲ ਕਹੀ ਕਿ ਮੈਂ ਤੁਹਾਨੂੰ 10 ਕੁਸ਼ਚਨ ਜਿਹੜੇ ਆ ਪੁੱਛੇ ਆ, ਸੋ ਇਮਾਨਦਾਰੀ ਦੇ ਨਾਲ ਤੁਸੀਂ ਦੱਸਣਾ ਆ ਕਿ ਕਿੰਨੇ ਕੁਸ਼ਚਨ ਜਿਹੜੇ ਆ ਤੁਹਾਡੇ 10 ਦੇ ਵਿੱਚੋਂ ਜਿਹੜੇ ਆ ਸਹੀ ਸੀਗੇ, ਤਾਂ ਕਿ ਮੈਨੂੰ ਵੀ ਪਤਾ ਲੱਗ ਸਕੇਗਾ ਕਿ ਇਹ ਮੈਂ ਜਿਹੜੇ ਕੁਸ਼ਚਨ ਬਣਾਏ ਆ ਕਿ ਇਹਨਾਂ ਦਾ ਲੈਵਲ ਕਿਸ ਤਰ੍ਹਾਂ ਦਾ ਸੀ, ਜਾਂ ਫਿਰ ਅੱਗੇ ਤੋਂ ਮੈਂ ਉਸ ਹਿਸਾਬ ਨਾਲ ਮੈਂ ਕੁਸ਼ਚਨ ਲੈ ਕੇ ਆਵਾਂਗਾ। ਠੀਕ ਹੈ, ਕੁਸ਼ਚਨ ਦੇਖੋ ਅੱਗੇ ਵੀ ਬਹੁਤ ਹੈਗੇ, ਤੁਸੀਂ ਦੇਖ ਸਕਦੇ ਆ, 10 ਕੁਸ਼ਚਨ ਸੀ, 11 ਅੱਗੇ ਕੁਸ਼ਚਨ ਵੀ ਹੈ, ਪਰ ਉਹ ਸਾਰੇ ਨਹੀਂ ਮੈਂ ਕਰਾ ਸਕਦਾ। ਠੀਕ ਹੈ, ਸੋ ਅਗਰ ਜਿਸ ਤਰ੍ਹਾਂ ਦਾ ਹੁੰਗਾਰਾ ਮਿਲੇਗਾ ਤਾਂ ਮੈਂ ਜ਼ਰੂਰ ਅੱਗੇ ਵੀਡੀਓਜ਼ ਲੈ ਕੇ ਆਵਾਂਗਾ, ਪਰ ਹਾਂ ਮੈਂ ਸਾਰੇ ਟੋਪਿਕ ਜਿਹੜੀ ਹੈ ਜ਼ਰੂਰ ਉਸ 'ਤੇ ਮੈਂ ਕੁਸ਼ਚਨ ਥੋੜ੍ਹੇ ਥੋੜ੍ਹੇ ਲੈ ਕੇ ਆਵਾਂਗਾ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ। ਠੀਕ ਹੈ ਜੀ, ਸੋ ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ।
ਸਤਿ ਸ਼੍ਰੀ ਅਕਾਲ।